ਸਾਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਪੱਲਵੀ ਆ ਅਤੇ ਮੈਂ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣਾ ਚਾਹੁੰਦੀ ਹਾਂ। ਪਰਮੇਸ਼ਰ ਨੇ ਮੈਨੂੰ ਕੈਨੇਡਾ ਦੇ ਸਟੱਡੀ ਵੀਜ਼ਾ ਦੇ ਨਾਲ ਬਲੈਸ ਕੀਤਾ। ਇਸ ਟਾਈਮ ਮੈਂ ਕੈਨੇਡਾ ਤੋਂ ਆਪਣੀ ਗਵਾਹੀ ਭੇਜਣਾ ਚਾਹੁੰਦੀ ਹਾਂ ਪਰਮੇਸ਼ਰ ਦੀ ਮਹਿਮਾ ਲਈ। ਪਿਛਲੇ 6 ਸਾਲਾਂ ਤੋਂ ਮੈਂ ਕੈਨੇਡਾ ਦੇ ਲਈ ਟਰਾਈ ਕਰਦੀ ਸੀਗੀ ਕਿ ਜਸਟ ਕਿ ਮੈਂ ਆਪਣੀ ਫੈਮਿਲੀ ਲਈ ਆਪਣੇ ਲਈ ਇੱਕ ਅੱਛਾ ਫਿਊਚਰ ਤਿਆਰ ਕਰ ਸਕਾਂ, ਬਟ ਕਿਤੇ ਨਾ ਕਿਤੇ 2 ਵਾਰ ਮੇਰੀ ਫਾਈਲ ਨੂੰ ਪ੍ਰੋਬਲਮ ਹੋਈ। ਅਸੀਂ ਉਸ ਫਾਈਲ 'ਤੇ ਵਰਕਅਪ ਨਹੀਂ ਕਰ ਸਕੇ ਅਤੇ ਮਤਲਬ ਇੱਦਾਂ ਲੱਗ ਰਿਹਾ ਸੀਗਾ ਕਿ ਅਸੀਂ ਉਸ ਬੰਧਨਾਂ ਦੇ ਵਿੱਚ ਨੇ ਜੋ ਕਿ ਉਹ ਗੇਟ ਉਹ ਬੌਂਡੇਜਿਸ ਉਹ ਖੋਲਦੀਆਂ ਨਹੀਂ ਪਈਆਂ। ਅਸੀਂ ਇਸ ਮਿਨਿਸਟਰੀ ਦੇ ਨਾਲ ਜੁੜੇ ਸੀਗੇ। ਪਾਸਟਰ ਜੀ ਨੇ ਹਰ ਸਮੇਂ ਸਾਨੂੰ ਪਰਮੇਸ਼ੁਰ ਦੇ ਵਚਨਾਂ ਵਿੱਚੋਂ ਗਾਈਡ ਕੀਤਾ। ਮੈਨੂੰ ਅੱਜ ਵੀ ਯਾਦ ਹੈ ਕਿ ਉਹਨਾਂ ਦੇ ਵਚਨਾਂ ਨੇ ਹਮੇਸ਼ਾ ਮੈਨੂੰ ਇਹ ਚੀਜ਼ ਕਹੀ ਹੈ ਕਿ ਖੜ੍ਹੇ ਰਹੋ ਅਤੇ ਬਣੇ ਰਹੋ ਕਿ ਪਰਮੇਸ਼ੁਰ ਤੁਹਾਨੂੰ ਬਹੁਤ ਜਲਦੀ ਬਲੈਸ ਕਰੂਗਾ। ਮੈਨੂੰ ਇਹ ਵੀ ਗੱਲ ਯਾਦ ਆ ਕਿ ਮੈਂ ਉਹਨਾਂ ਦੇ ਘਰੇ ਪ੍ਰੇਅਰ ਲਈ ਗਈ ਸੀਗੀ। ਪਾਸਟਰ ਜੀ ਨੇ ਮੈਨੂੰ ਇੱਕ ਵਰਡ ਦਿੱਤਾ ਸੀਗਾ ਜੋ ਅੱਜ ਵੀ ਮੇਰੇ ਕੋਲ ਹੈਗਾ ਆ, ਜਿਹਦੇ ਵਿੱਚ ਲਿਖਿਆ ਸੀਗਾ ਕਿ ਗੋਡਸ ਟਾਈਮ ਇਜ਼ ਦੀ ਬੈਸਟ ਟਾਈਮਿੰਗ। ਮੈਂ ਇਸ ਚੀਜ਼ ਦਾ ਧੰਨਵਾਦ ਕਰਦੀ ਹਾਂ ਕਿ ਪਰਮੇਸ਼ੁਰ ਨੇ ਆਪਣੇ ਵਚਨਾਂ ਨੂੰ ਮੇਰੀ ਜ਼ਿੰਦਗੀ ਦੇ ਵਿੱਚ ਪੂਰਾ ਕੀਤਾ ਅਤੇ ਅੱਜ ਮੈਂ ਆਪਣੀ ਫਾਈਲ ਆਪਣੇ ਕੈਨੇਡਾ ਦੇ ਵੀਜ਼ਾ ਦੇ ਨਾਲ ਬਲੈਸ ਹਾਂ। ਮੈਂ ਆਪਣੀ ਫਾਈਲ ਲਾਂਚ ਕੀਤੀ ਸੀ 22 ਫਰਵਰੀ ਨੂੰ ਅਤੇ ਜੋ ਕਿ ਵਿਦਇਨ ਆਈ ਥਿੰਕ ਨੋਟ ਅ ਪੀਰੀਅਡ ਆਫ 3 ਮੰਥਸ ਮੈਨੂੰ 17 ਮਈ ਨੂੰ ਵੀਜ਼ਾ ਦੇ ਨਾਲ ਪਰਮੇਸ਼ੁਰ ਨੇ ਬਲੈਸ ਕੀਤਾ ਅਤੇ ਮੈਂ ਇਸ ਗਵਾਹੀ ਦਾ ਪਰਮੇਸ਼ੁਰ ਦਾ ਅਤੇ ਸੂਰਜਬਾਨ ਮਿਨਿਸਟਰੀਜ਼ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਮੇਰੇ ਅੰਦਰ ਮੇਰੇ ਸਕਸੈਸ ਦਾ ਬੂਟਾ ਲਾਇਆ ਅਤੇ ਪਰਮੇਸ਼ੁਰ ਦੇ ਵਿਸ਼ਵਾਸ ਦਾ ਬੂਟਾ ਵੀ ਲਾਇਆ। ਮੈਂ ਇਸ ਗਵਾਹੀ ਲਈ ਧੰਨਵਾਦ ਕਰਦੀ ਹਾਂ। ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ।